ਤੁਹਾਨੂੰ ਸਾਰੀ ਜਾਣਕਾਰੀ ਕਰਨਾਲ ਮਹਾਪੰਚਾਇਤ ਬਾਰੇ ਦੇਵਾਂਗੇ। ਕੱਲ ਉੱਥੇ ਕਿਸਾਨਾਂ ਨੇ ਸਕੱਤਰੇਤ ਨੂੰ ਘੇਰਾ ਪਾ ਲਿਆ। ਕਿਸਾਨਾਂ ਦੇ ਵੱਲੋਂ ਪ੍ਰਸ਼ਾਸਨ ਦੇ ਨਾਲ ਜਿਹੜੀ ਬੈਠਕ ਕੀਤੀ ਗਈ ਸੀ ਉਹ ਬੇਸਿੱਟਾ ਰਹੀ, ਜਿਸ ਤੋਂ ਬਾਅਦ ਸਕੱਤਰੇਤ ਦੇ ਮੂਹਰੇ ਅਣਮਿੱਥੇ ਸਮੇਂ ਦੇ ਲਈ ਕਿਸਾਨ ਲੀਡਰਾਂ ਦੀ ਅਗਵਾਈ ਦੇ ਵਿੱਚ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਧਰਨਾ ਲਾ ਦਿੱਤਾ। ਜਦੋਂ ਕਿਸਾਨ ਸਕੱਤਰੇਤ ਵੱਲ ਕੂਚ ਕਰ ਰਹੇ ਸੀ ਤਾਂ ਪੁਲਿਸ ਨੇ ਪਾਣੀ ਦੀਆਂ ਬੁਛਾੜਾਂ ਵੀ ਸਿੱਟੀਆਂ, ਜਦੋਂ ਬਿਲਕੁਲ ਸਕੱਤਰੇਤ ਦੇ ਨੇੜੇ ਪਹੁੰਚ ਗਏ ਸੀ ਅਤੇ ਜਦੋਂ ਰਾਹ ਦੇ ਵਿੱਚ ਜਾ ਰਹੇ ਸੀ ਤਾਂ ਵੱਡੇ ਕਿਸਾਨ ਲੀਡਰ ਜਿਹੜੇ ਅਗਵਾਈ ਕਰ ਰਹੇ ਸੀ ਬਲਵੀਰ ਸਿੰਘ ਰਾਜੇਵਾਲ ਹੋਣ, ਰਾਕੇਸ਼ ਚਕੈਤ, ਗੁਰਨਾਮ ਚੜੂਨੀ, ਜਗਜੀਤ ਸਿੰਘ ਡੱਲੇਵਾਲਾ, ਇਹਨਾਂ ਸਾਰਿਆਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਸੀ, ਬੱਸ ਵਿੱਚ ਬਿਠਾ ਲਿਆ ਸੀ। ਪਰ ਕਿਸਾਨਾਂ ਦੇ ਦਬਾਅ ਤੋਂ ਬਾਅਦ ਤੁਰੰਤ ਪੁਲਿਸ ਨੂੰ ਕਿਸਾਨ ਲੀਡਰਾਂ ਨੂੰ ਰਿਹਾਅ ਕਰਨਾ ਪਿਆ ਸੀ ਅਤੇ ਸ਼ਾਮ 6:30-7 ਵਜੇ ਦੇ ਕਰੀਬ ਸਕੱਤਰੇਤ ਕੋਲ ਪਹੁੰਚਣ ਤੋਂ ਬਾਅਦ ਕਿਸਾਨ ਲੀਡਰਾਂ ਨੇ ਐਲਾਨ ਕਰ ਦਿੱਤਾ ਸੀ ਕਿ ਧਰਨਾ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਮੰਗਾਂ ਨਹੀਂ ਮੰਨੀਆਂ ਜਾਂਦੀਆਂ। ਰਾਕੇਸ਼ ਟਿਕੈਤ ਨੇ ਇੱਕ ਜਿਹੜਾ ਟਵੀਟ ਕੀਤਾ ਹੈ ਉਸ ਦੇ ਵਿੱਚ ਉਹਨਾਂ ਨੇ ਲਿਖਿਆ ਸੀ ਕਿ ਹੁਣ ਮੈਂ ਆਪਦਾ ਸਾਰਾ ਜਿਹੜਾ ਰਹਿਣ ਸਹਿਣ ਦਾ ਪ੍ਰਬੰਧ ਹੈ ਸਕੱਤਰੇਤ ਦੇ ਕੋਲ ਹੀ ਮੰਗਵਾ ਲਿਆ, ਜੁੱਲੀ ਬਿਸਤਰਾ ਇੱਥੇ ਹੀ ਲੱਗੂਗਾ ਉਦੋਂ ਤੱਕ ਜਦੋਂ ਤੱਕ ਸਾਡੀ ਮੰਗ ਪੂਰੀ ਨਹੀਂ ਹੁੰਦੀ। ਕਿਸਾਨਾਂ ਦੇ ਲਈ ਲੰਗਰ ਪਾਣੀ ਦਾ ਪ੍ਰਬੰਧ ਵੀ ਇੱਥੇ ਕੀਤਾ ਗਿਆ। ਆਸ ਪਾਸ ਦੇ ਲੋਕਾਂ ਨੇ ਵੀ ਕਿਸਾਨਾਂ ਦੀ ਮਦਦ ਦੇ ਲਈ ਲੰਗਰ ਲਾ ਦਿੱਤੇ, ਦਿਲ ਖੋਲ੍ਹ ਦਿੱਤੇ। ਹਰ ਕੋਈ ਆਪਣੇ ਪੱਧਰ 'ਤੇ ਕਿਸਾਨਾਂ ਨੂੰ ਲੰਗਰ ਪਾਣੀ ਛਕਾਉਂਦਾ ਹੋਇਆ ਦਿਸਿਆ। ਰਾਤ ਨੂੰ ਧਰਨੇ 'ਤੇ ਬੈਠੇ ਕਿਸਾਨਾਂ ਨੂੰ ਜਗਜੀਤ ਸਿੰਘ ਡੱਲੇਵਾਲਾ ਸਣੇ ਹੋਰ ਕਿਸਾਨ ਲੀਡਰਾਂ ਨੇ ਸੰਬੋਧਨ ਕੀਤਾ। ਜਗਜੀਤ ਸਿੰਘ ਡੱਲੇਵਾਲਾ ਨੇ ਕਿਹਾ ਕਿ ਜੇ ਪ੍ਰਸ਼ਾਸਨ ਬੈਠਕ ਦੇ ਦੌਰਾਨ ਸਾਨੂੰ ਇਹ ਵੀ ਕਹਿ ਦਿੰਦਾ ਕਿ ਅਸੀਂ ਜਿਹੜਾ ਹੈਗਾ ਕਾਰਵਾਈ ਕਰ ਰਹੇ ਹਾਂ, ਸਾਨੂੰ ਥੋੜ੍ਹਾ ਜਿਹਾ ਸਮਾਂ ਦਿਓ ਤਾਂ ਵੀ ਸਾਨੂੰ ਥੋੜ੍ਹਾ ਜਿਹਾ ਸਕੂਨ ਮਿਲਦਾ, ਪਰ ਤੁਸੀਂ ਤਾਂ ਆਪਣੇ ਅਫਸਰ ਨੂੰ ਜਿਸਨੇ ਸਾਡੇ 'ਤੇ ਤਸ਼ੱਦਦ ਕੀਤਾ, ਜਿਸਨੇ ਕਿਸਾਨਾਂ ਦੇ ਸਿਰ ਫਾੜੇ, ਉਹਨੂੰ ਤੁਸੀਂ ਡਿਫੈਂਡ ਕਰ ਰਹੇ ਹੋ, ਯਾਨੀ ਕਿ ਉਹਨੂੰ ਬਚਾ ਰਹੇ ਹੋ। ਹਮੇਂ ਇਹ ਲੱਗ ਰਿਹਾ ਥਾ ਕਿ ਇਸੇ ਕਿਸੀ ਕੀ ਔਰ ਸੇ ਉੱਪਰ ਸੇ ਸਖਤ ਆਦੇਸ਼ ਆਏ ਹੈ, ਉਸਕੀ ਵਜ੍ਹਾ ਸੇ ਇਤਨੀ ਹੱਦੇ ਪਾਰ ਕਰ ਰਹਾ ਹੈ। ਤੋ ਆਜ ਜਬ ਬਾਤਚੀਤ ਹੋ ਰਹੀ ਥੀ, ਸੀਨੀਅਰ ਅਧਿਕਾਰੀ ਬੈਠੇ ਥੇ, ਜਬ ਇਹ ਬਾਤ ਆਤੀ ਥੀ ਕਿ ਉਸਕੇ ਖਿਲਾਫ ਬਣਤੀ ਕਾਰਵਾਈ ਕਰੋ, ਤੋ ਪ੍ਰਸ਼ਾਸਨ ਉਸੇ ਡਿਫੈਂਡ ਕਰ ਰਹਾ ਥਾ। ਡਿਫੈਂਡ ਕਰਨੇ ਕੀ ਬਾਤ ਔਰ ਹੋਤੀ ਹੈ। ਬਹੁਤ ਵਾਰ ਇਹ ਬਾਤ ਹੋਈ ਕਿ ਸੀਨੀਅਰ ਅਧਿਕਾਰੀ ਕੋ ਉਸਕੇ ਵਕੀਲ ਨਹੀਂ ਹੈ, ਜਬ ਕਿਸੀ ਛੋਟੇ ਨੇ ਗਲਤੀ ਕਰ ਦੀ ਹੈ, ਬੜਾ ਅਗਰ ਉਸਕੋ ਸਜ਼ਾ ਦੇਣੇ ਕੇ ਲੀਏ ਲੋਗੋ ਕੋ ਯੇ ਕਹਿ ਦੇ ਕਿ ਮੈਂ ਉਸੇ ਸਜ਼ਾ ਦੂੰਗਾ, ਤੇ ਲੋਗੋ ਕੇ ਅੰਦਰ ਕੁਛ ਨਾ ਕੁਛ ਸ਼ਾਂਤੀ ਬਣ ਜਾਤੀ ਹੈ ਕਿ ਕੁਛ ਕਰ ਰਹੇ ਹੈ। ਆਪ ਤੋ ਉਸਕੋ ਡਿਫੈਂਡ ਕਰ ਰਹੇ ਹੋ, ਤੋ ਯੇ ਐਸੇ ਤੋ ਕਾਮ ਚਲੇਗਾ ਨਹੀਂ। ਤੋ ਮਾਮਲਾ ਜੋ ਮੈਂ ਕਹਿ ਰਹਾ ਥਾ ਵੋ ਸਾਹਮਣੇ ਆਇਆ। ਆਫਿਸਰ ਸਾਹਿਬਾਨ ਵਹਾਂ ਸੇ ਉਠੇ, ਜਾਕਰ ਸਰਕਾਰ ਸੇ ਬਾਤ ਕੀ, ਜਿਤਨਾ ਸਰਕਾਰ ਨੇ ਉਨਕੋ ਕਹਾ ਉਤਨੀ ਬਾਤ ਆਕਰ ਹਮਾਰੇ ਸੇ ਫਿਰ ਕੀ। ਤੋ ਮੇਰਾ ਕਹਿਣੇ ਕਾ ਮਤਲਬ ਯੇ ਹੈ ਕਿ ਸਰਕਾਰ ਡੀਸੀ ਕੀ ਕੋਈ ਪਾਵਰ ਨਹੀਂ ਹੈ ਕਿ ਅਬ ਜੈਸੇ ਸਰਕਾਰ ਕੇ ਦੇਸ਼ ਆ ਰਹੇ ਹੈ ਕਿ ਵੋ ਉਸਕੇ ਖਿਲਾਫ ਕੁਛ ਕਰ ਪਾਏ, ਕਿਉਂਕਿ ਡੀਸੀ ਨੇ ਉਤਨੀ ਬਾਤ ਕਹੀ ਆਕਰ ਜਿਤਨੀ ਉੱਪਰ ਸੇ ਸਿਗਨਲ ਮਿਲਾ। ਤੋ ਮੇਰਾ ਕਹਿਣੇ ਕਾ ਮਤਲਬ ਹੈ ਭਾਈਓ ਕਿ ਵੋ ਕਲੀਅਰ ਹੋ ਰਹਾ ਥਾ ਉਨਕੀ ਬਾਤ ਸੇ ਕਿ ਵੋ ਜੋ ਉਸ ਦਿਨ ਹੁਆ ਹੈ ਉਹ ਸੱਚ ਮੇਂ ਉੱਪਰ ਸੇ ਆਦੇਸ਼ ਦੀਏ ਗਏ ਥੇ ਜਿਨਕੀ ਵਜ੍ਹਾ ਸੇ ਯੇ ਸਭ ਹੁਆ ਹਮਾਰੇ ਸਾਥ। ਤੋ ਅਬ ਵਹਾਂ ਮਾਮਲਾ ਯਹਾਂ ਪੇ ਹੈ ਕਿ ਲੋਗੋ ਕੀ ਸ਼ਕਤੀ ਜੋ ਆਪ ਹੋ, ਲੋਗੋ ਕੀ ਸ਼ਕਤੀ ਕੇ ਆਗੇ ਕੋਈ ਟਿਕ ਨਹੀਂ ਸਕਤਾ, ਆਜ ਤੱਕ ਨਹੀਂ ਟਿਕਾ। ਆਪ ਯਹਾਂ ਪਹੁੰਚੇ ਹੋ, ਹਮਾਰਾ ਪ੍ਰਸ਼ਾਸਨ ਸੇ ਯਹਾਂ ਬੈਠਕ ਵੀ ਹੋਈ ਹੈ, ਉਸਮੇਂ ਵੀ ਯਹੀ ਫੈਸਲਾ ਹੈ ਕਿ ਅਗਰ ਉਸਕੇ ਖਿਲਾਫ ਮਾਮਲਾ ਦਰਜ ਨਹੀਂ ਹੋਤਾ, ਉਸਕੇ ਖਿਲਾਫ ਕਾਰਵਾਈ ਨਹੀਂ ਹੋਤੀ, ਤੋ ਹਮ ਯਹਾਂ ਸੇ ਉਠੇਂਗੇ ਨਹੀਂ। ਯੇ ਹਮਾਰਾ ਯਹਾਂ ਸੇ ਬੈਠਕ ਸੇ ਵੀ ਬਾਤ ਹੋਈ ਕਹਿ ਰਹਾ ਹੈ, ਕਹਿ ਰਹਾ ਹਰਿਆਣੇ ਵਾਲੇ ਤੋਂ ਦਿਖ ਹੀ ਨਹੀਂ ਰਹੇ ਅੰਦੋਲਨ ਮੇਂ, ਕਹਿ ਰਹਾ ਹਰਿਆਣੇ ਵਾਲੇ ਤੋਂ ਅੰਦੋਲਨ ਮੇਂ ਦਿਖ ਹੀ ਨਹੀਂ ਰਹੇ। ਆਪਕਾ ਜਹਾਜ ਆਜ ਤੱਕ ਕਹੀਂ ਪੇ ਉਤਰਨੇ ਨਹੀਂ ਦਿਆ, ਅਭੀ ਆਪਕੋ ਬਲੇਖਾ ਹਰਿਆਣੇ ਵਾਲੇ ਨਹੀਂ ਹੈ, ਯੇ ਆਪਕੀ ਇਸਸੇ ਬੜੀ ਔਰ ਮੂਰਖਤਾ ਕਿਆ ਹੋ। ਲੇਕਿਨ ਮੈਂ ਫਿਰ ਆਪਸੇ ਨਿਵੇਦਨ ਕਰਤਾ ਹੂੰ ਭਾਈਓ, ਅੰਦੋਲਨ ਸ਼ਾਂਤੀ ਸੇ ਜੀਤਾ ਜਾਏਗਾ, ਕਿਰਪਿਆ ਇੱਕ ਵਚਨ ਦੋ ਕਿ ਸ਼ਾਂਤੀ ਨਹੀਂ ਛੋੜੇਂਗੇ, ਭਲੇ ਕੁਛ ਹੀ ਹੋ ਜਾਏ, ਹਮ ਸ਼ਾਂਤੀ ਪੂਰਵਕ ਤਰੀਕੇ ਸੇ ਲੱਠੀਆਂ ਮਾਰੇਂਗੀ ਪੁਲਿਸ ਖਾਏਂਗੇ, ਕੁਛ ਵੀ ਹੋ ਖਾਏਂਗੇ, ਲੇਕਿਨ ਹਮ ਹੱਥ ਨਹੀਂ ਉਠਾਏਂਗੇ। ਹੱਥ ਖੜੇ ਕਰਕੇ ਇੱਕ ਵਾਰ ਪ੍ਰਵਾਨਗੀ ਦੋ ਮੇਰੇ ਬਾਅਦ। ਬਹੁਤ ਬਹੁਤ ਧੰਨਵਾਦ ਭਾਈਓ, ਮੁਝੇ ਬੜੀ ਖੁਸ਼ੀ ਹੋਈ ਹੈ ਕਿ ਆਪਨੇ ਹਮਾਰੀ ਬਾਤ ਕੋ ਸੁਣਾ ਹੈ ਔਰ ਉਸਕੇ ਸਾਥ
हमायत भी की है। धन्यवाद। तिराद दे धरने विचों नौजवान किसान लीडर विकास सिसर ने सारे किसानों नूं अपील की है कि वड्डी तो वड्डी गिणती दे विच किसान करनाल पहुंचण ते हाले भी किसानों का करनाल पहुंचना लगातार जारी है। कहा जा सकता है कि सिंघू बॉर्डर ते पक्के मोर्चियां दे नाल हुण करनाल दे विच भी पक्का मोर्चा किसानों ने ला दिता है। पूरा संयुक्त किसान मोर्चा आज करनाल के सेक्रेटरीट के बाहर सेक्रेटरीट को घेरे हुए है और पूरे हरियाणा के किसान यहाँ रात को 12 बज के या 1 बज में हो रहा होगा शायद, यहाँ सारे किसान यहाँ सो रहे हैं। पुलिस प्रशासन के साथी भी यहाँ डटे हुए हैं और आप सभी साथियों से निवेदन है कि ज्यादा से ज्यादा संख्या में सभी साथी कल सुबह यहाँ पहुंचने का काम करें और जो करनाल के नजदीक के जो गाँव है उनसे मैं निवेदन करना चाहूंगा कि पूरे गांव के गांव यहां आए और इस सरकार को झुकाने का काम हम कल करें। सो किसान लीडरां ने वारी वारी ये प्रण लिया कि मर जावांगे पर अंदोलन नूं शांतमई रखांगे। इसका ऐलान है जिहड़ा वारी वारी किया गया ते शांतमई तरीके दे नाल ही कल किसान सकत्रेत तक पहुंचे। थोड़े बहुते जिहड़ियां रोकां लाईयां होईयां सी उहनां नूं जरूर हटाया गया। अज संयुक्त किसान मोर्चे की लखनऊ दे विच वी मीटिंग होण जा रही है। गन्ने दे भाव विच वाधे दे मुद्दे ते लखनऊ दे विच इह बैठक है जिहड़ी उह होण जा रही है। ते किसानां दे मोर्चे दे नाल जुड़ी दूसरी वड्डी खबर इह है कि हरियाणा सरकार ने इंटरनेट ते पाबंदी नूं वधा दिता है। हरियाणा सरकार ने इंटरनेट नू जिंदगी नू खतरा दस्या है। कहा कि लॉस ऑफ लाइफ इस दी चिंता दे विच असी जिहड़ा हैगा इंटरनेट ते बंदी होर वधा रहे हैं क्योंकि वट्सएप फेसबुक अते ट्विटर दे राही गलत सूचनावां जिहड़ियां फैलाईयां जांदियां ने जिस दे नाल सुरक्षा नू खतरा है। ते हुण पाबंदियां ने जिहड़ियां अज यानी कि 8 तरीक नू रात नू 11:59 तक पूरे करनाल जिले दे विच लागू रहणगियां। ते जिहड़ा इंटरनेट ते पाबंदी लाई गई है इस पाबंदी दे कारण किसानां दी जिहड़ी फुटेज है किसानां दीआं तस्वीरां हैगीआं ने उस नूं भी तुहाडे तक पहुंचाउण दे विच दिक्कत है जिहड़ी उह सारिआं नूं आ रही है। किसान एकता मोर्चे दे आई टी सैल नूं भी आ रही है ते वख-वख चैनलां नूं भी आ रही है क्योंकि इंटरनेट बंद जिहड़ा कर दित्ता गया, मोबाइल SMS भी बंद कीते गए ने। इंटरनेट दी पाबंदी ते किसानां ने कहा है कि मुख मंत्री मनोहर लाल खट्टर दा जिहड़ा डर है उह जाहिर हुंदा है इंटरनेट दी बंदी। कांग्रेस के बुलारे रणदीप सिंह सुरजेवाला ने भी ट्वीट किया कि जदों तानाशाह डरता है उदों इंटरनेट बंद करता है।